ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਮਲਜੀਤ ਕੌਰ ਆ, ਵਾਈਫ ਆਫ ਗਗਨਦੀਪ ਸਿੰਘ। ਅਸੀਂ ਫਿਲਪੀਨ ਤੋਂ ਆਏ ਸੀਗੇ ਲਾਸਟ ਈਅਰ ਤਾਂ ਅਕਤੂਬਰ ਦੇ ਮੰਥ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਨਾ ਮੈਨੂੰ ਬਹੁਤ ਜ਼ਿਆਦਾ ਹੈਡਿਕ ਸਟਾਰਟ ਹੋਈ ਸੀ। ਪੇਨ ਇੰਨਾ ਜ਼ਿਆਦਾ ਸੀ ਕਿ ਜਿਹੜਾ ਕੰਟਰੋਲ ਨਹੀਂ ਹੋ ਪਾ ਰਿਹਾ ਸੀ, ਤਾਂ ਮੈਨੂੰ ਇੱਕ ਬਲਰ ਵਿਜ਼ਨ ਸੀ, ਮੈਨੂੰ ਕੋਈ ਵੀ ਚੀਜ਼ ਡਬਲ ਦਿਖਦੀਆਂ ਸੀਗੀਆਂ, ਤਾਂ ਮੇਰੀ ਭੁੱਖ ਵੀ ਬਹੁਤ ਘੱਟ ਸੀਗੀ, ਅਤੇ ਨਾਲ ਹੀ ਮੇਰੀ ਨਾ ਬੋਡੀ ਜੀ ਸੀ ਜਿੱਦਾਂ ਪ੍ਰੋਪਰ ਵਰਕ ਨਹੀਂ ਕਰਦੀ ਸੀਗੀ, ਮੈਨੂੰ ਚੱਲਣ ਦੇ ਵਿੱਚ ਵੀ ਬਹੁਤ ਪ੍ਰੋਬਲਮ ਆਉਂਦੀ ਸੀ। ਤਾਂ ਮੇਰੇ ਹਸਬੈਂਡ ਨੇ ਨਾ ਇੱਥੋਂ ਸਰਚ ਕੀਤਾ ਕਿ ਕਿਹੜੇ ਨਿਊਰੋਲੋਜਿਸਟ ਜਾਂ ਨਿਊਰੋ ਸਰਜਨ ਜਿਹੜੇ ਬੈਟਰ ਹੈਗੇ ਅੰਮ੍ਰਿਤਸਰ ਦੇ ਵਿੱਚ, ਤਾਂ ਸਲੀਲ ਉੱਪਲ ਸਰ ਆ, ਉਹਨਾਂ ਦਾ ਨਿਕਲਿਆ, ਤਾਂ ਅਸੀਂ ਇਹਨਾਂ ਨੂੰ ਜਦੋਂ ਆ ਕੇ ਵਿਜ਼ਿਟ ਕੀਤਾ ਤਾਂ ਈਵਨ ਕਿ ਇਹਨਾਂ ਨੇ ਮੈਨੂੰ ਦੇਖ ਕੇ ਦੱਸਤਾ ਸੀਗਾ ਕਿ ਮੈਨੂੰ ਕੀ ਪ੍ਰੋਬਲਮ ਆ, ਉਸ ਤੋਂ ਬਾਅਦ ਮੇਰੇ ਸਾਰੇ ਟੈਸਟ ਹੋਏ, ਤਾਂ ਇਹਨਾਂ ਨੇ ਮੈਨੂੰ 1 ਵੀਕ ਲਈ ਐਡਮਿਟ ਕੀਤਾ। ਤਾਂ ਐਡਮਿਟ ਕਰਨ ਤੋਂ ਬਾਅਦ ਮੇਰੀ ਇੰਨੀ ਜ਼ਿਆਦਾ ਕੰਡੀਸ਼ਨ ਸਹੀ ਹੋ ਗਈ ਸੀ ਕਿ ਮੈਂ ਵੀਲ ਚੇਅਰ 'ਤੇ ਆਈ ਸੀ ਅਤੇ ਮੈਂ ਖੁਦ ਪੈਦਲ ਚੱਲ ਕੇ ਗਈ ਸੀਗੀ। ਤਾਂ ਹੁਣ ਉਹ ਚੀਜ਼ ਨੂੰ 8 ਮੰਥ ਹੋ ਗਏ ਹੋਣਗੇ ਅਪਰੋਕਸੀਮੇਟਲੀ ਕਿ ਮੇਰਾ ਬ੍ਰੇਨ ਦਾ TBM ਸੀਗਾ ਜਿਹੜਾ, ਉਹ ਬਿਲਕੁਲ ਕਲੀਅਰ ਹੋ ਗਿਆ। ਹੁਣ ਮੇਰੀਆਂ ਜਿੰਨੀਆਂ ਵੀ ਰਿਪੋਰਟਸ ਆਈਆਂ ਸਾਰੀਆਂ ਕਰੈਕਟ ਆਈਆਂ ਹੈਗੀਆਂ, ਅਤੇ ਮੈਂ ਹਰੇਕ ਨੂੰ ਰਿਕਮੈਂਡ ਕਰੂੰਗੀ ਕਿ ਪਲੀਜ਼ ਤੁਸੀਂ ਜੇ ਤੁਹਾਨੂੰ ਕੋਈ ਇੱਦਾਂ ਦੀ ਪ੍ਰੋਬਲਮ ਹੈਗੀ ਤਾਂ ਤੁਸੀਂ ਇੱਕ ਵਾਰ ਸਲੀਲ ਉੱਪਲ ਸਰ ਨੂੰ ਮਿਲੋ ਅਤੇ ਆਪਣੀ ਪ੍ਰੋਬਲਮ ਸੋਲਵ ਕਰੋ। ਥੈਂਕ ਯੂ ਸੋ ਮਚ।